ਫਰੀਦਕੋਟ ਦੇ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਦਿਨ ਰਾਤ ਡਿਊਟੀ ਨਿਭਾ ਰਹੇ ਪੁਲਿਸ ਵਾਲਿਆਂ ਦਾ ਧੰਨਵਾਦ ਲੋਕਾਂ ਨੇ ਫੁੱਲ ਦੇਖੀ ਕੀਤਾ। ਪੰਜਾਬ ਦੇ ਵਿੱਚ ਲੱਗੇ ਕਰਫਿਊ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਸਭ ਦਾ ਭਲਾ ਕਰੇ ਅਤੇ ਪਰਿਵਾਰਾਂ ਨੂੰ ਤੰਦਰੁਸਤ ਰੱਖੇ। ਸਾਰਾ ਸਰਵਿਸ ਸੁਸਾਇਟੀ ਔਰ ਸਾਰੀ ਸੰਸਥਾ ਵੱਲੋਂ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜੋ ਸਾਰੇ ਡਿਊਟੀ ਕਰਕੇ ਕਰੋਨਾ ਵਾਇਰਸ 'ਤੇ ਸਾਰੇ ਸ਼ਹਿਰ ਨੂੰ ਬਚਾਈ ਜਾਂਦੇ ਹਾਂ ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਖੋਲ ਦੇ ਕੇ ਜਿਹਨਾਂ ਵੀ ਨਾਕੇ 'ਤੇ ਖੜ੍ਹੇ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਕੇ ਉਹਨਾਂ ਨੂੰ ਪਰਮਾਤਮਾ 'ਤੇ ਪ੍ਰਾਰਥਨਾ ਕਰਦੇ ਹਾਂ। ਪਰਮਾਤਮਾ ਇਹਨਾਂ ਦਾ ਪਰਿਵਾਰ ਇਹ ਸਾਰੇ ਸੁਖੀ ਰਹੇ ਔਰ ਇਹਨਾਂ ਦਾ ਪਰਿਵਾਰ ਸੁਖੀ ਰਹੇ, ਸਾਰਾ ਸ਼ਹਿਰ ਸੁਖੀ ਰਹੇ, ਸਾਰਾ ਹਿੰਦੁਸਤਾਨ ਸੁਖੀ ਰਹੇ, ਸਾਰਾ ਵਿਸ਼ਵ ਸੁਖੀ ਰਹੇ। ਇਸ ਦੇ ਨਾਲ ਹੀ SHO ਸੁਖਦੇਵ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਅੰਦਰ ਰਹਿਣ ਅਤੇ ਸਾਵਧਾਨੀਆਂ ਰੱਖਣ। ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਜੋ ਆ ਕਰੋਨਾ ਵਾਇਰਸ ਦੀ ਬਿਮਾਰੀ ਚੱਲੀ ਆ, ਜੋ ਉੱਤੋਂ ਮਾਣਯੋਗ ਮੋਦੀ ਸਾਹਿਬ, CM ਸਾਹਿਬ, ਸਾਡੇ ਅਫਸਰਾਂ ਦੇ ਹੁਕਮ ਆਏ ਆ, ਉਸ ਮੁਤਾਬਕ ਅਸੀਂ ਡਿਊਟੀ ਕਰ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਵੀ ਇਹੀ ਬੇਨਤੀ ਕਰ ਰਹੇ ਹਾਂ ਵੀ ਇੱਦਾਂ ਦੀ ਪਾਲਣਾ ਕਰੋ। ਇਨ ਬਿਨ ਹੁਣ ਕਾਲਾ ਜੀ ਆਪਣੇ ਸਹਾਰਾ ਸੁਸਾਇਟੀ ਵਾਲੇ ਆਏ ਆ, ਸਾਡੇ ਕੋਲ ਸਾਰੀਆਂ ਸੰਸਥਾ ਆਉਂਦੀਆਂ, ਹੋਰ ਵੀ ਆਉਂਦੇ ਆ, ਇਹਨਾਂ ਨਾਲ ਵੀ ਮਿਲ ਕੇ ਸਾਡਾ ਇਹ ਸਹਿਯੋਗ ਇਹ ਵੀ ਦਿੰਦੇ ਆ, ਅਸੀਂ ਵੀ ਇਹਨਾਂ ਨਾਲ ਚੱਲਦੇ ਹਾਂ, ਸਹਿਯੋਗ ਦਿੰਦੇ ਹਾਂ। ਪਰ ਅਸੀਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਵੀ ਤੁਸੀਂ ਇਹਦੀ ਪਾਲਣਾ ਕਰੋ, ਇਹ ਬਿਮਾਰੀ ਬੜੀ ਖਤਰਨਾਕ ਹੈ, ਜੋ ਬਾਹਰਲੇ ਮੁਲਕਾਂ ਦੇ ਵਿੱਚ ਇਹ ਬਿਮਾਰੀ ਫੈਲੀ ਹੋਈ ਆ, ਕਿਤੇ ਆਪਣੇ ਵੀ ਨਾ ਇਹ ਪੈਰ ਪਸਾਰ ਲਏ, ਇਸ ਕਰਕੇ ਜਿਹੜੀ ਆ ਇਸ ਤੋਂ ਸੁਚੇਤ ਰਹਿਣਾ ਚਾਹੀਦਾ। ਪਬਲਿਕ ਨੂੰ ਇਹੀ ਸੰਦੇਸ਼ ਹੈ ਵੀ ਜੇ ਜੋ ਸਰਕਾਰ ਦੀਆਂ ਹਦਾਇਤਾਂ ਉਹਦੀ ਪਾਲਣਾ ਕਰਨ, ਜਿਹੜੀ ਇਹ ਮਹਾਂਮਾਰੀ ਜਿਹੜੀ ਫੈਲ ਰਹੀ ਹੈ ਇਹਨੂੰ ਰੋਕਣ, ਜਿਹੜੀ ਇਹਨੂੰ ਬਚਾਇਆ ਜਾਵੇ ਸਾਰੀ ਜਨਤਾ ਨੂੰ। ਇਸ ਗੱਲ ਬਿਊਰੋ ਰਿਪੋਰਟ, ਅਜੀਤ ਵੈਬ TV। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ TV ਦੇ ਨਾਲ।